ਕਿੰਨੀ ਦੇਰ ਹੋ ਗਈ ਸਾਲ ਹੋ ਗਿਆ ਹਾਂਜੀ ਜ਼ਿਆਦਾ ਨਹੀਂ ਘਟ ਗਿਆ ਵੇਟ ਨਹੀਂ ਨਹੀਂ ਠੀਕ ਹੈ ਠੀਕ ਅੱਛਾ ਤੁਹਾਡਾ ਤਾਂ ਮੇਨਲੀ ਆਪਾਂ 92 ਕਿਲੋ ਹੀ ਸੀ ਨਾ ਹਾਂਜੀ ਹਾਂਜੀ ਸ਼ੂਗਰ ਦਾ ਹੀ ਸੀ ਨਾ ਜ਼ਿਆਦਾ ਇਨਸੂਲਿਨ ਚੱਲਦੀ ਸੀ ਤੁਹਾਡੀ ਹਾਂਜੀ ਹੁਣ ਇਨਸੂਲਿਨ ਦੀ ਲੋੜ ਪੈਂਦੀ ਹੈ ਨਹੀਂ ਅੱਛਾ ਸ਼ੂਗਰ ਠੀਕ ਰਹਿੰਦੀ ਹੈ ਸ਼ੂਗਰ ਠੀਕ ਤੇ ਗੋਲੀ ਵਗੈਰਾ ਕੋਈ ਖਾਣੀ ਪੈਂਦੀ ਕਦੀ ਕਦੀ ਤੀਸਰੇ ਚੌਥੇ ਦਿਨ ਅੱਛਾ ਅੱਛਾ ਤੇ 15-20 ਮਿੰਟ ਨਾ ਐਕਸਰਸਾਈਜ਼ ਕਰ ਲਿਆ ਕਰੋ ਅੱਛਾ ਵੇਟ ਤਾਂ ਆਪਾਂ ਜਿੰਨਾ ਚਾਹੁੰਦੇ ਸੀ ਓਨਾ ਹੀ ਹੈ ਨਾ ਕਿੱਥੇ ਆ ਹੁਣ ਅੱਜ 77 ਹਾਂ 15 ਕਿਲੋ ਘਟਿਆ ਨਾ ਵੇਟ ਤਾਂ ਹਾਂਜੀ ਹਾਂ ਠੀਕ ਹੈ ਵੇਟ ਤਾਂ ਆਪਾਂ ਜ਼ਿਆਦਾ ਨਹੀਂ ਘਟਾਉਣਾ ਅਸੀਂ ਤੁਹਾਡਾ ਉਸ ਹਿਸਾਬ ਨਾਲ ਹੀ ਡਿਜ਼ਾਈਨਿੰਗ ਕੀਤੀ ਸੀ ਵੀ ਇੰਨਾ ਕੀ ਘਟੇ ਬਸ ਸ਼ੂਗਰ ਦਾ ਹੀ ਆ ਮੇਨ ਹਾਂਜੀ ਸ਼ੂਗਰ ਦਾ ਇੱਕ ਤਾਂ ਇਹ ਨਹੀਂ ਸੋਚਣਾ ਕਿ ਆਪਣੀ ਸ਼ੂਗਰ ਖਤਮ ਹੋ ਗਈ ਲੱਗਣ ਇਸ ਤਰ੍ਹਾਂ ਲੱਗ ਜਾਂਦਾ ਆਪਾਂ ਕਿ ਪਹਿਲਾਂ ਤਾਂ ਇਨਸੂਲਿਨ ਲਾਉਂਦੇ ਸੀ ਹਾਂਜੀ ਹੁਣ ਆਪਾਂ ਮਿੱਠਾ ਵੀ ਖਾ ਲਈਏ ਤਾਂ ਵੀ ਠੀਕ ਆਉਂਦੀ ਹੈ ਇਹ ਤੇ ਨਿਗਾਹ ਰੱਖੋ ਕਹਿਣ ਦਾ ਭਾਵ ਹੈ ਕਿ ਇਹ ਨਾ ਸੋਚੋ ਕਿ ਜੜੋਂ ਖਤਮ ਕਰਤੀ ਸਿਰਫ ਕੰਟਰੋਲ ਹੈ ਹਾਂਜੀ ਠੀਕ ਜੜੋਂ ਤਾਂ ਪਰਮਾਤਮਾ ਹੀ ਖਤਮ ਕਰ ਸਕਦਾ ਇਹਨੂੰ ਇਹ ਕੰਟਰੋਲ ਹੈ ਪਰ ਇੱਕ ਸੋਲਿਡ ਕੰਟਰੋਲ ਹੈ ਜਿਹੜਾ ਕਿ ਇਨਸੂਲਿਨ ਨਾਲ ਵੀ ਇੰਨਾ ਨਹੀਂ ਹੁੰਦਾ ਸੀ ਰੋਟੀ ਕਿਤਨੀ ਖਾ ਸਕਦੇ ਹੋ ਇੱਕ ਟਾਈਮ ਤੇ ਡੇਢ ਦੋ ਬਸ ਕਪੈਸਿਟੀ ਇਸਕੋ ਜ਼ਿਆਦਾ ਟੈਸਟ ਨਹੀਂ ਕਰਨਾ ਵੀ 3-4 ਖਾ ਕੇ ਔਰ ਬਲੱਡ ਪ੍ਰੈਸ਼ਰ ਕੀ ਗੋਲੀ ਚਲਤੀ ਹੈ ਕਭੀ ਕਭੀ ਲੇਤਾ ਹੂੰ ਜੀ ਅੱਛਾ ਜੀ ਦਵਾਈ ਵੀ ਕਮ ਕਰਕੇ ਉਹ ਚੈੱਕ ਕਰਤੇ ਰਹੋ ਔਰ ਵਿਟਾਮਿਨ ਨਹੀਂ ਬੰਦ ਕਰਨੇ ਨਹੀਂ ਉਹ ਤਾਂ ਬੰਦ ਉਹ ਰੈਗੂਲਰ ਚੈੱਕ